आज हमारे साथ मौजूद है खूबसूरत मुस्कुराहट से वायरल होने वाले शेख मदनी साहब, जिनसे हम बात करेंगे। क्या कहना है शेख साहब, थोड़ी मुस्कुराहट बड़ी प्यारी सी, पूरी दुनिया ने बड़ा पसंद आई है, की कहोगे दे बारे च? की कहना यार, जो होना तेरे सामने ही आया। अच्छा, तो बस होर दसो की कहना। कहंदे तुसी बड़ी मेहनत कीती, कोई एक्स्ट्रा ही मेहनत कर ली? दौरा नहीं भाजी, असी 16 दिन ईमानदारी ना सोग वेख्या। अच्छा, मेरा न्याणा वा ना इन्हू मैं देखिया। अच्छा, किसी ने नहीं देखिया, मैं ते भाई जुए ते साडी टीम बकाया। अच्छा, असी लोगां दे वी खंबे ਉੱਥੇ ਲਾਉਂਦੇ ਰਹੇ ਜਿੱਥੇ ਬਿਜਲੀ ਹੈ ਨਹੀਂ ਸੀ। 25-25, 30-30 ਸਾਲ ਪੁਰਾਣੇ ਕੂੜੇ ਚੁਕਾ ਦਿੱਤੇ, ਯਾਨੀ ਕਿ ਐਂਡ ਨੇਰ ਪਾ ਦਿੱਤਾ, ਕੋਈ ਕਮੀ ਪੇਸ਼ੀ ਨਹੀਂ ਛੱਡੀ। ਅਤੇ ਤੁਸੀਂ ਮੈਨੂੰ ਇਹ ਦੱਸੋ ਕਿ ਨੂਰਲੀ ਹਾਰ ਗਈ ਆ, ਨਵਾਜ਼ ਸ਼ਰੀਫ ਸਾਹਿਬ ਤੁਹਾਡੇ ਤੋਂ ਬੜਾ ਗਿਲਾ ਕਰਦੇ ਹੋਣੇ ਕਿ ਸਾਡੀ ਹਾਰ ਦਾ ਜਸ਼ਨ ਵੀ ਕੈਸਾ ਮਨਾਇਆ ਜਾ ਰਿਹਾ, ਕੀ ਕਹੋਗੇ? ਅਸੀਂ ਭਾਜੀ ਕੁਛ ਨਹੀਂ ਕਹਾਂਗੇ, ਸਾਡੇ ਭਾਈ ਨੇ ਅਲੀ ਬਾਦ ਸਾਹਿਬ ਨੂਨ ਦੇ ਸੀ, ਉਹਨਾਂ ਦੇ ਯਾਰ ਭਰਾ ਵਾਂ ਸੀ ਨੂਨ ਨੂੰ, ਯਾਨੀ ਕਿ ਅਸੀਂ ਇਹਨੂੰ ਨਾ ਵੀਡੀਓ ਅਗਰ ਮੈਂ ਬਣਾ ਰਿਹਾ ਜਸਟ ਆ ਫਨ ਬਣਾ ਰਿਹਾ ਕਿਤੇ ਇਹਨੂੰ ਇੱਧਰ ਉੱਧਰ ਨਾ ਲੈ ਜਾਣਾ ਨਿਊਜ਼ ਆ। ਅਤੇ ਬਾਕੀ ਸਾਡੇ ਅੱਲਾ ਖੈਰ ਕਰੇ, ਕੋਈ ਨਹੀਂ, ਇਹਨੂੰ ਨੈਕਸਟ ਮੌਕਾ ਆਏਗਾ, ਸੱਤੇ ਖੈਰਾਂ। ਅੱਛਾ, ਮੈਨੂੰ ਇੱਕ ਗੱਲ ਦੱਸੋ, PTI ਵਾਲੇ ਜਦੋਂ ਹਾਰਦੇ ਨਾ ਤਾਂ ਜਾ ਕੇ ਡੀ ਚੌਕ ਬਲਾਕ ਕਰ ਦਿੰਦੇ, ਨੱਚ ਨੱਚ ਕੇ ਕਮਲਿਆ ਕਰ ਦਿੰਦੀਆਂ ਆਪਣੀ ਬੀਬੀਆਂ ਨੂੰ, ਤੁਸੀਂ ਹਾਰੇ ਜੇ ਤੁਹਾਨੂੰ ਕੁਛ ਨਹੀਂ। ਅਸੀਂ ਕੋਈ ਸ਼ਿਕਵਾ ਨਹੀਂ ਕੀਤਾ ਕਿਸੇ ਦੇ ਨਾਲ, ਅਸੀਂ ਤਾਂ ਭਾਈ ਜਾਨ ਕਿਸੇ ਨਾਲ ਸ਼ਿਕਵਾ ਨਹੀਂ ਕੀਤਾ। ਵੇਖੋ ਨਾ, ਹਾਰ ਜੋ ਤੇ ਬਣੀ ਆ। ਅੱਛਾ, ਹਾਰ ਜੋ ਤੇ ਬਣੀ ਆ, ਇੱਕ ਨੇ ਤੇ ਢਹਿਣਾ ਵਾ ਤੇ ਹਾਰਨਾ ਵਾ। ਇਹ ਆ ਵੀ ਅਸੀਂ ਆਪਣੀ ਮਿਹਨਤ ਪੂਰੀ ਰੱਖੀ ਆ, ਮਿਹਨਤ 'ਚ ਸਾਡੇ ਕੋਈ ਨਹੀਂ ਹੈ ਕਮੀ, ਵੀ ਮਿਹਨਤ ਨਹੀਂ ਕੀਤੀ ਜਾਂ ਤੇ ਬਸ ਸਾਡੀ ਕੋਈ ਸਮਝ ਆਈ ਨਹੀਂ। ਸਾਡੇ ਮਸ਼ਹੂਰ ਬੜੇ ਚੰਗੇ ਸੀ, ਜਿਹਦੀ ਵਜ੍ਹਾ ਸਾਡਾ ਪਾਰ ਰੰਗ ਹੈ। ਵੈਸੇ ਤੁਸੀਂ ਕਿਹਨੂੰ ਸਮਝਦੇ, ਕਿਹੜੀ ਪਾਰਟੀ ਬਿਹਤਰ, ਕਿਹੜਾ ਬੰਦਾ ਬਿਹਤਰ ਆ ਦੋਨਾਂ ਵਿੱਚੋਂ? ਭਾਜੀ ਮੈਂ ਇਸ ਬਾਰੇ ਨਹੀਂ ਕੁਛ ਕਹਿ ਸਕਦਾ। ਅੱਛਾ, ਕਿਉਂਕਿ ਮੈਨੂੰ ਇੱਕ ਆਨੇ ਦਾ ਨਹੀਂ ਪਤਾ ਕਿ ਪੋਲੀਟਿਕਸ ਹੁੰਦੀ ਕੀ ਆ। ਠੀਕ ਹੈ, ਅੱਛਾ, ਤੁਹਾਨੂੰ ਇਸ ਬਾਰੇ ਪਤਾ ਹੀ ਕੋਈ ਨਹੀਂ? ਓਨੈਸਟਲੀ ਮੈਂ 2021 'ਚ ਪਹਿਲੀ ਦਫਾ ਆਇਆ ਇੱਥੇ ਆਪਣਾ ਪਾਕਿਸਤਾਨ। ਅੱਛਾ, ਅਤੇ ਉਸ ਤੋਂ ਬਾਅਦ ਕੋਈ 33 ਵਾਰੀ ਬਾਹਰ ਅੰਦਰ ਚੱਲ ਗਏ ਹਾਂ। ਮੈਨੂੰ ਹੁਣ ਤੁਸੀਂ ਕਹਿਣਾ ਸਹੁੰ ਦਿਖਾਈ ਦੇਣੀ, ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ, ਮੈਨੂੰ ਆਹ ਵੀ ਨਹੀਂ ਪਤਾ ਸੀ ਕਿ PTI ਇਮਰਾਨ ਖਾਨ ਦੀ ਹੈ ਕਿ ਨੂਨ ਲੀਗ ਨਵਾਜ਼ ਸ਼ਰੀਫ, ਇੱਥੋਂ ਤੱਕ ਮੇਰੇ ਭਾਈ ਨੇ ਰਾਣਾ ਜਵੇਦ ਸਾਹਿਬ, ਉਹ ਕਾਲਾ ਕਰਨ, ਸਿਆਹ ਕਰਨ, ਚਿੱਟਾ ਕਰਨ, ਜੋ ਮਰਜ਼ੀ, ਮੈਂ ਉਹਨਾਂ ਦੇ ਮਗਰ ਹੁੰਦਾ। ਉਹਨੇ ਕਿਹਾ ਜੀ ਮਦਨੀ ਸਾਹਿਬ ਇੱਦਾਂ ਜਾਣਾ, ਮੈਂ ਚੱਲੋ। ਫਿਰ ਐਂਡ ਦੇ ਉੱਤੇ ਨੇ ਕਿਹਾ ਹਾਰ ਗਿਆ, ਮੈਂ ਫਸਣ ਲੱਗ ਗਿਆ। ਮੈਂ ਕਿਹਾ ਬਹੁਤ ਚੰਗਾ ਕੰਮ ਕੀਤਾ 16 ਦਿਨ, ਨਾ ਇੱਕ ਦੂਜੇ ਨੂੰ ਲੱਭੇ ਨਾ ਕੀਤਾ, ਤੇ ਐਂਡ ਦੇ ਮੈਨੂੰ ਚੁੱਪ ਕਰਕੇ ਸੁਣਾਤਾ ਹਾਰ ਗਏ। ਉਸ ਤੋਂ ਬਾਅਦ ਸਾਡਾ ਹਾਸਾ ਚੁੱਕਿਆ ਆਸ ਆਰ, ਇੱਦਾਂ ਸੀ ਵੀ ਭਾਈ ਸੀ, ਜਦੋਂ ਭਾਈ ਹੱਸਣ ਡਿਆ ਪਿਆ ਨਾਲ ਸਾਡਾ ਵੀ ਹਾਸਾ ਨਿਕਲ ਗਿਆ। ਅਸੀਂ ਕਿਹਾ ਪਤਾ ਨਹੀਂ ਸਾਡੇ ਨਾਲ ਹੋਇਆ ਕੀ ਆ, ਇਹ ਤੇ ਅੱਲਾ ਨੂੰ ਪਤਾ ਕੀ ਬਣ ਗਿਆ ਸਾਡੇ ਨਾਲ। ਗੱਲ ਇਹ ਆ ਵੀ ਅਲੀ ਬਾਦ ਸਾਹਿਬ ਸਾਡੇ ਭਾਈ ਆ ਵੱਡੇ, ਅਸੀਂ ਬਹੁਤ ਮਿਹਨਤ ਕੀਤੀ ਆ, ਅਤੇ ਇਹ ਆ ਵੀ ਇਹਦਾ ਸਿਲਾ ਅੱਲਾ ਨੇ ਦੇਣਾ ਗਾਂ, ਫਿਰ ਅਸੀਂ ਇਹ ਆ ਵੀ ਇਸ ਮਿਹਨਤ ਕਰਾਂਗੇ ਅਤੇ ਅੱਲਾ ਸੋਹਣਾ ਸਾਨੂੰ ਜਿਹੜਾ ਵਾ ਇਲੈਕਸ਼ਨ ਫਿਰ ਸਾਡਾ ਬਣਾਊਗਾ। ਵੇਖੋ ਨਾ, ਹਾਰ ਕੇ ਬੰਦੇ ਨੂੰ ਮੰਨਣਾ ਚਾਹੀਦਾ ਵੀ ਹਾਰ ਗਏ ਆ, ਠੀਕ ਆ, ਕੋਈ ਨਹੀਂ, ਦੋ ਭਲਵਾਨ ਘੁਲਦੇ ਆ, ਉਹਨਾਂ ਨੇ ਇੱਕ ਨੇ ਢਹਿਣਾ ਤਾਂ ਹੈ ਹੀ ਆ, ਅਤੇ ਕੋਈ ਨਹੀਂ, ਮਿਹਨਤ ਕਰਾਂਗੇ, ਫਿਰ ਅੱਲਾ ਖੈਰ ਕਰੇ ਅਤੇ ਆਪਣੇ ਭਾਈ ਦੇ ਨਾਲ ਮਿਹਨਤ ਕਰਕੇ ਅਤੇ ਭਾਈ ਅਲੀ ਬਾਦ ਸਾਹਿਬ ਨੂੰ ਜਿਤਾਵਾਂਗੇ ਅੱਲਾ ਦੀ ਰਹਿਮਤ ਨਾਲ। ਦੱਸੋ ਕਿ ਅਲੀ ਬਾਦ ਸਾਹਿਬ ਇਸ ਇਲਾਕੇ ਦੇ ਬੜੇ ਜ਼ਬਰਦਸਤ ਕੈਂਡੀਡੇਟ ਸੀ, ਅਸੀਂ ਇੱਕ ਸੋਸ਼ਲ ਮੀਡੀਆ ਐਕਟੀਵਿਸਟ ਆ, ਸਾਨੂੰ ਪਤਾ ਵਾ, ਕੀ ਬਣਿਆ ਉਹਨਾਂ ਦੇ ਨਾਲ? ਓਬਾਮਾ ਦੇ, ਓਬਾਮ ਦੇ ਵੋਟ ਨਹੀਂ ਪਏ ਜਾਂ ਕੀ ਬਣਿਆ ਉਹਨੂੰ, ਵਿਚਾਰੇ ਨੂੰ ਵੋਟ ਕਿਉਂ ਨਹੀਂ ਪਿਆ? ਇਹ ਭਾਈ ਜਾਨ, ਵੋਟ ਉਹਨੂੰ ਪੂਰੇ ਪਏ ਆ, ਇਹ ਸੀ ਵੀ ਮਤਲਬ ਜਿੱਦਾਂ ਕੋਈ ਹਵਾ ਨਹੀਂ ਹੁੰਦੀ, ਕੋਈ PTI ਦੀ ਹਵਾ ਸੀਗੀ, ਜਿੱਦਾਂ ਕੋਈ ਜਲੂਣ ਸੀਗਾ ਬੀਬੀਆਂ ਨੂੰ, ਉਹਨਾਂ ਨੇ ਵੋਟ ਜਿਹੜਾ ਨਾ, ਵੋਟ ਖਮੋਸ਼ ਪਿਆ, 6 ਮਿੰਟ 'ਚ ਵੋਟ ਨਹੀਂ ਪਿਆ, ਖਮੋਸ਼ੀ ਦੇ ਵਿੱਚ ਵੋਟ ਲੋਕਾਂ ਪਾਇਆ। ਸਾਨੂੰ ਇਹ ਸੀ ਵੀ ਅੱਲਾ ਦੀ ਰਹਿਮਤ ਨਾਲ ਕੋਈ 2-4 ਹਜ਼ਾਰ 'ਤੇ ਅਸੀਂ ਪਿੰਡੋਂ ਲੀਟ ਮਾਰਾਂਗੇ, ਅਤੇ ਐਂਟ 'ਤੇ ਕੋਈ ਸਾਨੂੰ ਸਮਝ ਨਹੀਂ ਆਈ ਕੀ ਬਣਿਆ। ਹਾਂ, ਮੈਨੂੰ ਹਾਲੇ ਤੱਕ ਨਹੀਂ ਆਈ ਜੀ, ਓਨੈਸਟਲੀ ਨਹੀਂ ਆਈ। ਠੀਕ ਆ, ਸਾਡੇ ਭਾਈ ਨੇ ਜਵੇਦ ਸਾਹਿਬ, ਅੱਛਾ, ਉਧਰ ਅਗੇ ਨਮਾਜ਼ ਪੜ੍ਹਨ, ਉਹਨਾਂ ਨੇ ਦੁਨੀਆਂ ਜਾਂਦੇ ਜਿੰਨੇ ਕੁ ਮੰਤਰ ਸੀ ਉਹ ਵੀ ਚਲਾ ਛੱਡੇ, ਕੋਈ ਮੰਤਰ ਕੰਮ ਨਹੀਂ ਆਇਆ, ਕੋਈ ਮੰਤਰ ਕੰਮ ਨਹੀਂ ਆਇਆ। ਤੇ ਅਸੀਂ ਨਾ ਇੱਥੇ ਬੈਠੇ ਸੀ, ਉਹ ਉੱਥੇ ਇੱਕ ਬੰਦਾ ਮੋਟਰਸਾਈਕਲ ਤੋਂ ਆਇਆ, ਕਹਿੰਦਾ ਪਤਾ ਚੱਲਿਆ ਕੀ ਹੋਇਆ? ਮੈਂ ਕਿਹਾ ਨਹੀਂ। ਕਹਿੰਦਾ ਨੂਨ ਹਾਰ ਗਈ ਹੈ।
ਸਾਡਾ ਹਾਸਾ ਨਿਕਲਿਆ ਉਹ ਆਪਣੀ ਮੋਟਰਸਾਈਕਲ ਛੱਡ ਕੇ ਮੋਟਰਸਾਈਕਲ ਉਹਦੀ ਦੋ ਦਿਨ ਬਾਅਦ ਚੁਕਾਈ ਉਹ ਆਪ ਨੱਟ ਗਿਆ ਉਹਨੇ ਕਿਹਾ ਭਾਅ ਜੀ ਦੌਰਾ ਪੈ ਗਿਆ ਜਾਂ ਹਿੱਲ ਗਏ ਆ ਅੱਛਾ ਬਸ ਆਹੀ ਗੱਲ ਆ ਭਾਅ ਜੀ ਜੋ ਹੋਇਆ ਕਹਿੰਦੇ ਲੋਕ ਸੋਸ਼ਲ ਮੀਡੀਆ 'ਤੇ ਬੜੇ ਕਹਿੰਦੇ ਪਏ ਕਿ ਤੁਸੀਂ ਸ਼ਾਇਦ ਕੋਈ ਡਰਿੰਕ ਵਗੈਰਾ ਕੀਤੀ ਸੀ ਕੋਈ ਇਹੋ ਜਿਹੀ ਕੰਮ ਨਾ ਕਦੀ ਜ਼ਿੰਦਗੀ 'ਚ ਸਾਦਾ ਸਿਗਰਟ ਨਹੀਂ ਪੀਤਾ ਭਰਿਆ ਹੋਇਆ ਰੱਬ ਕੋਲ ਮਾਫ਼ੀ ਮੰਗੋ ਜੀ ਅੱਛਾ ਅੱਛਾ ਤੁਸੀਂ ਬਾਹਰੋਂ ਆ ਕੇ ਪਾਕਿਸਤਾਨ ਦੀ ਆਵਾਮ ਨੂੰ ਹਾਰਿਆ ਵੀ ਜੀ ਹਸਾਤਾ ਫੜ ਕੇ ਸਾਰਿਆਂ ਅੱਬਾ ਜੀ ਰੋਣਾ ਥੋੜ੍ਹੀ ਹੈ ਬੜੀ ਗੱਲ ਅਗਰ ਹੱਸਦੇ ਰਵਾਂਗੇ ਦੋ ਚਾਰ ਦਿਨ ਵੱਧ ਕੱਢ ਜਾਵਾਂਗੇ ਕਿ ਨਹੀਂ ਚਾਚਾ ਫਾਇਦਾ ਕੀ ਰੋਣ ਦਾ ਇਹ ਜੀ ਨੂ ਲੀਗ ਦੇ ਸਪੋਰਟਰ ਜਿਹੜੇ ਹਾਰ ਕੇ ਵੀ ਸੋਹਣਾ ਤਰੀਕੇ ਨਾਲ ਹੱਸ ਕੇ ਲੋਕਾਂ ਨੂੰ ਵੀ ਹਸਾ ਦਿੰਦੇ ਆ ਇਹ ਉਹੋ ਜਿਹੇ ਸਪੋਰਟਰ ਨਹੀਂ ਹੈ ਕਿ ਜੇ ਹਾਰ ਗਏ ਤਾਂ ਰੋਣ ਲੱਗ ਗਏ ਅਤੇ ਜੇ ਜਿੱਤ ਗਏ ਤਾਂ ਹੱਸਣ ਲੱਗ ਗਏ ਤੁਹਾਡੀ ਤਲਾਬ ਵਾਸਤੇ ਅਰਜ਼ ਆ ਕਿ ਪੂਰੇ ਪਾਕਿਸਤਾਨ ਦੇ ਵਿੱਚ ਅਕਸਰ ਇਸੇ ਤਰ੍ਹਾਂ ਹੀ ਹੁੰਦਾ ਵਾ ਕਿ ਅਗਰ ਜਿਹੜੀ ਪਾਰਟੀ ਹਾਰ ਜਾਂਦੀ ਆ ਉਹ ਜਾ ਕੇ ਡੀ ਚੌਂਕ ਬਲਾਕ ਕਰ ਦਿੰਦੀ ਆ ਪੂਰੇ ਮੁਲਕ ਦੀਆਂ ਸੜਕਾਂ ਬਲਾਕ ਕਰ ਦਿੰਦੀ ਅਤੇ ਇਹ ਨੌਜਵਾਨ ਇਹ ਲੋਕ ਹੈ ਪੀ ਟੀ ਆਈ ਦੇ ਇਹ ਨੂ ਲੀਗ ਦੇ ਵਰਕਰ ਆ ਜਿਨ੍ਹਾਂ ਨੇ ਹਾਰ ਕੇ ਵੀ ਜਸ਼ਨ ਮਨਾਇਆ ਤਾਂ ਖੁਸ਼ ਦਿਲੀ ਦੇ ਨਾਲ ਆਪਣੇ ਮੁਕਾਬਲ ਮੁਕਾਬਲ ਨੂੰ ਬੜੇ ਅੱਛੇ ਤਰੀਕੇ ਨਾਲ ਪੈਗਾਮ ਦਿੱਤਾ ਕਿ ਯਾਰ ਹਾਰ ਜਿੱਤ ਜਿਹੜਾ ਨਾ ਇੱਕ ਖੇਲ ਦਾ ਹਿੱਸਾ ਵਾ ਅਤੇ ਅਗਰ ਦੋਨਾਂ ਵਿੱਚੋਂ ਕੋਈ ਇੱਕ ਪਾਰਟੀ ਜਿੱਤੇਗੀ ਨਹੀਂ ਤਾਂ ਫੈਸਲਾ ਕਿੱਦਾਂ ਹੋਏਗਾ ਜੀ ਕੀ ਮੈਸੇਜ ਆਖਰੀ ਦੇਣਾ ਚਾਹੋਗੇ ਆਖਰੀ ਬਸ ਆਹੀ ਦੇਣਾ ਚਾਹਾਂਗੇ ਅੱਲਾ ਪਾਕ ਆਪਣੀ ਰਹਿਮਤ ਰੱਖੇ ਨੈਕਸਟ ਟਾਈਮ ਅੱਛੀ ਟਰਾਈ ਕਰਾਂਗੇ ਸਹੀ ਹੈ ਅਤੇ ਅੱਲਾ ਖੈਰ ਕਰੇਗਾ ਦੱਸ ਜੀ ਦੁਬਾਰਾ ਕੋਈ ਇਹੋ ਜਿਹਾ ਹਰਕਤ ਹੋ ਗਈ ਫਿਰ ਲਈ ਸਪੁਰਦ ਜਿੱਦਾਂ ਹੁਣ ਸੇ ਆ ਉਦੋਂ ਹੱਸ ਹੱਸ ਕੇ ਡਿੱਗ ਪਵਾਂਗੇ ਇਹਦਾ ਹੀ ਫਰਕ ਪੈਣਾ ਜੀ ਬਹੁਤ ਸ਼ੁਕਰੀਆ ਆਪਣੇ ਮੇਜ਼ਬਾਨ ਨੂੰ ਸਾਬਾ ਮਿਰਜ਼ਾ ਨੂੰ ਇਜਾਜ਼ਤ ਦੀਜੀਏਗਾ ਅੱਲਾ ਹਾਫਿਜ਼